हेलो एवरीवन वेलकम टू श्री शोकर चेस्ट स्टडी बिकम्स इजीयर जिवि ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਲੈਟਰ ఓਪਨ ਹੈਗੀ ਹੈ ਨੈਸ਼ਨਲ ਕੌਂਸਲ ਫਾਰ ਟੀਚਰ এডਿਕੇਸ਼ਨ ਵੱਲੋਂ ਜੋ ਪ੍ਰੋਵਾਈਡ ਕੀਤੀ ਗਈ ਹੈ ਐਨਸੀਟੀਈ ਇਹ ਉਹ ਸਾਈਟ ਹੀ ਆਪਾਂ ਕਹਿ ਸਕਦੇ ਹਾਂ ਉਹ ਸੰਸਥਾ ਹੈ ਜਿੰਨਾਂ ਸਾਰੀ ਚੀਜ਼ਾਂ ਨੂੰ ਰੈਗੂਲੇਟ ਕਰਦੀ ਹੈ ਤੁਹਾਨੂੰ ਪਤਾ ਹੀ ਹੋਏਗਾ ਈਟੀਟੀ ਤੇ ਜੋ ਬੀਐਡ ਵਾਲੇ ਬੱਚੇ ਟੈਟ ਦਿੰਦੇ ਹਨ ਜਾਂ ਆਪਾਂ ਕਹੀਏ ਡੀਐਲਐਡ ਕੋਰਸ ਜੋ ਕਰਵਾਇਆ ਜਾਂਦਾ ਹੈ ਈਟੀਟੀ ਦਾ ਕੋਰਸ ਜੋ ਕਰਵਾਇਆ ਜਾਂਦਾ ਹੈ ਜਾਂ ਬੀਐਡ ਦਾ ਜੋ ਕੋਰਸ ਕਰਵਾਇਆ ਜਾਂਦਾ ਹੈ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜੋ ਰੈਗੂਲੇਟ ਕਰਦੀ ਹੈ ਜੋ ਇਹਨਾਂ ਦੀ ਪੈਕਸ ਬਾਡੀ ਹੈਗੀ ਹੈ ਉਹ ਹੈਗੇ ਨੈਸ਼ਨਲ ਕੌਂਸਲ ਫਾਰ ਟੀਚਰ ਇੱਕ ਲੈਟਰ ਤੇ ਉਹਦੇ ਅੰਦਰ ਜੋ ਹੈਗੀ ਅੱਜ ਬਹੁਤ ਹੀ ਵੱਡੀ ਖੁਸ਼ਖਬਰੀ ਜਿਹੜੀ ਨਿਕਲ ਕੇ ਆ ਰਹੀ ਹੈ ਟੈਟ ਪਾਸ ਬੱਚਿਆਂ ਲਈ ਜਾਂ ਜੋ ਬੱਚੇ ਟੈਟ ਦੇਣਾ ਚਾਹੁੰਦੇ ਜਾਂ ਜਿਨ੍ਹਾਂ ਨੇ ਦਿੱਤਾ ਹੋਇਆ ਤਾਂ ਦੇਖਦੇ ਆ ਉਹ ਜਿਹੜੀ ਖੁਸ਼ਖਬਰੀ ਹੈ ਉਹ ਕੀ ਹੈਗੀ ਹੈ ਬਹੁਤ ਵੱਡੀ ਖੁਸ਼ਖਬਰੀ ਹੈ ਔਰ ਬਹੁਤ बड़ी ਅਮੈਂਡਮੈਂਟ ਜੜੀ ਹੈਗੀ ਉਹ ਹੋਈ ਹੈਗੀ ਤਾਂ ਦੇਖਦੇ ਆ ਕੀ ਚੀਜ਼ ਹੈਗੀ ਹੈ ਉਹ ਤਾਂ ਉਸ ਲੈਟਰ ਨੂੰ ਆਪਾਂ ਜਿਹੜਾ ਥੋੜਾ نیچے ਕਰਕੇ ਦੇਖ ਲਿਆ ਲੈਟਰ ਦੇ ਵਿੱਚ ਆਪਾਂ ਏਜੰਡਾ ਜਿਹੜਾ ਹੈ ਆਈਟਮ ਨੰਬਰ 7 ਤੱਕ ਆਪਾਂ ਪਹੁੰਚ ਚੁੱਕੇ ਹਾਂ ਤਾਂ ਆ ਰਿਹਾ ਉਹ ਏਜੰਡਾ ਤੇ ਇਹਦੇ ਵਿੱਚ ਦੇਖੋ ਪੜ੍ਹਦੇ ਹਾਂ ਕੀ ਲਿਖਿਆ ਹੋਇਆ ਕਨਸਿਡਰੇਸ਼ਨ ਆਫ ਦਾ ਇਸ਼ੂ ਰਿਲੇਟਡ ਟੂ ਐਕਸਟੈਂਸ਼ਨ ਆਫ ਵੈਲਿਡਿਟੀ ਆਫ ਟੀਚਰ ਐਲੀਜੀਬਿਲਟੀ ਟੈਸਟ ਫਰਮ 7 ਇਅਰਸ ਟੂ ਲਾਈਫਟਾਈਮ ਥੈਟ ਮੀਨਸ 7 ਸਾਲ ਤੋਂ ਵਧਾ ਕੇ ਟੈਟ ਜਿਹੜਾ ਐਗਜ਼ਾਮ ਸੀਗਾ ਟੀਚਰ ਐਲੀਜੀਬਿਲਟੀ ਟੈਸਟ ਉਹਦੀ 7 ਸਾਲ ਤੋਂ ਵਧਾ ਕੇ ਲਾਈਫਟਾਈਮ ਜਿਹੜੀ ਵੈਲਿਡਿਟੀ ਆ ਉਹ ਐਕਸਟੈਂਡ ਕਰ ਦਿੱਤੀ ਗਈ ਹੈ ਕਨਸਿਡਰੇਸ਼ਨ ਆਫ ਇਸ਼ੂ ਰਿਲੇਟਡ ਟੂ ਐਕਸਟੈਂਸ਼ਨ ਆਫ ਐਲੀਜੀਬਿਲਟੀ ਆਫ ਟੀਚਰ ਐਲੀਜੀਬਿਲਟੀ ਟੈਸਟ ਫਰਮ 7 ਇਅਰਸ ਟੂ ਲਾਈਫਟਾਈਮ ਤਾਂ ਇਹ ਪਰ 1 ਐਚਏ ਪੇਪਰ 2 ਹੈ ਉਹ ਵੈਲਿਡ ਹੁੰਦਾ ਸੀ ਸਿਰਫ 7 ਸਾਲ ਲਈ ਲੇਕਿਨ ਹੁਣ ਉਸ ਨੂੰ ਵਧਾ ਕੇ ਲਾਈਫਟਾਈਮ ਕਰ ਦਿੱਤਾ ਹੈ ਲੇਕਿਨ ਫਿਰ ਇੱਥੇ ਮੈਂ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਤੁਹਾਨੂੰ ਕਲੀਅਰ ਕਰ ਦਵਾਂ ਕਿ ਇਹ ਸਿਰਫ ਇੱਕ ਪ੍ਰਪੋਜ਼ਲ ਜਿਵੇਂ ਆਪਾਂ ਕਹਿੰਦੇ ਆ ਰੱਖਿਆ ਗਿਆ ਹੈ ਜੋ ਆਪਾਂ ਕਹਿ ਸਕਦੇ ਆ ਐਨਸੀਟੀਈ ਵੱਲੋਂ ਜੋ ਇਹ ਕਿਹਾ ਗਿਆ ਹੈ ਲੇਕਿਨ ਇਸ ਨੂੰ ਪਹਿਲਾਂ ਜੋ ਹੈ ਉਹ ਜੋ ਸਟੇਟ ਤੱਕ ਦਿੱਤਾ ਜਾਏਗਾ ਸਟੇਟਸ ਨੂੰ ਪ੍ਰੋਵਾਈਡ ਕੀਤਾ ਜਾਏਗਾ ਉਪਰ ਸਟੇਟ ਉਸਤੇ ਆਪਣਾ ਡਿਸੀਜਨ ਲੇਗੀ ਸੀਬੀਐਸਸੀ ਯਾਨੀ ਕਿ ਸੈਂਟਰ ਨੂੰ ਇਹ ਦਿੱਤਾ ਜਾਏਗਾ ਪ੍ਰੋਪੋਜ਼ਲ ਉਹ ਵੀ ਉਸਤੇ ਆਪਣਾ ਜੋ ਹੈ ਡਿਸੀਜਨ ਲੇਗੀ ਫਿਰ ਉਹ ਆਪਣੇ ਆਪਣੇ ਵੈਬਸਾਈਟਸ ਤੇ ਆਫੀਸ਼ੀਅਲ ਵੈਬਸਾਈਟ ਤੇ ਉਸ ਨੂੰ ਪਾਉਣ ਗਿਆ ਤਾਂ ਦਬਾ ਕਹਿ ਸਕਦੇ ਆ ਕਿ ਪਾਰਟਿਕੂਲਰ ਸਟੇਟ ਦੇ ਵਿੱਚ ਲਾਗੂ ਹੋਏਗਾ ਯਾਨੀ ਕਿ ਹਲੇ ਇੰਪਲੀਮੈਂਟ ਨਹੀਂ ਹੋਇਆ ਇੱਕ এজেন্ডਾ ਹੈ ਇੰਪਲੀਮੈਂਟ ਨਹੀਂ ਹੋਇਆ ਲੇਕਿਨ ਇੱਕ ਗੱਲ ਰੱਖੀ ਗਈ ਹੈ ਹਰ ਇੱਕ ਸਟੇਟ ਜੋ ਹੈਗਾ ਉਸਤੇ ਆਪਣਾ opinion ਜਿਹੜਾ ਹਗਾ ਉਹ ਦੇਗਾ ਤੇ ਉਸ ਤੋਂ ਬਾਅਦ ਹਰ ਇੱਕ ਸਟੇਟ ਆਪਣੀ ਅਫੀਸ਼ੀਅਲ ਸਾਈਟ ਤੇ ਇਸ ਨੂੰ ਅਪਲੋਡ ਕਰੇਗਾ ਤਾਂ ਤਦ ਹੀ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਕਿ ਇਹ ਲਾਗੂ ਹੋਊਗਾ ਤਦ ਹੀ ਲਾਗੂ ਹੋਊਗਾ ਜਦੋਂ ਆਪਣੀ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਇਸ ਨੂੰ ਅਪਰੂਵ ਕਰ ਦੇਗੀ ਹਾਲੇ CBSE ਜਿਹੜੀ ਸਾਈਟ ਹੈਗੇ ਉਸ ਤੇ ਵੀ ਇਸ ਨੂੰ ਅਪਰੂਵਲ ਜੋ ਹੈ ਇਸ ਦੀ ਕੋਈ ਨੋਟੀਫਿਕੇਸ਼ਨ ਜੋ ਹੈ ਨਹੀਂ ਆਈ ਹੈ ਜੋ ਅਜੰਡਾ ਹੈ ਉਹ NCERT ਨੇ ਦਿੱਤਾ ਹੈ ਇਸ ਤੇ ਹਰ ਇੱਕ ਸਟੇਟ ਜੋ ਹੈ ਆਪਣਾ opinion ਦੇਗੀ ਤੇ ਉਸ ਦੇ ਅਕੋਰਡਿੰਗ ਹੀ ਇਹ ਚੀਜ਼ ਜੋ ਹੈ ਲਾਗੂ ਹੋਏਗੀ ਜਿਹੜੇ ਬੱਚੇ ਦੇ ਮਾਈਂਡ ਦੇ ਵਿੱਚ ਕੁਐਸਚਨ ਆ ਰਿਹਾ ਹੋਵੇਗਾ ਕਿ ਜਿਹੜੇ ਬੱਚੇ ਪੀ ਸਟੇਟ ਜਾਨੀ ਕਿ ਪੰਜਾਬ ਦਾ ਜਾਂ ਜੋ ਕਿਸੇ ਵੀ ਸਟੇਟ ਦਾ ਜੋ ਟੈਟਾ ਉਹ ਦੇ ਚੁੱਕੇ ਹਨ ਜਾਂ ਜਿਨ੍ਹਾਂ ਨੇ ਦੇਣਾ ਹੈ ਤਾਂ ਕਿੰਨਾ ਤੇ ਇਹ ਚੀਜ਼ ਜਿਹੜੀ ਹੈਗੀ ਅਪਲਾਈ ਹੋਏਗੀ ਤਾਂ ਤੁਸੀਂ ਇਸ ਦੇ ਲਈ ਥੋੜੀ ਜੀ ਵੇਟ ਕਰ ਸਕਦੇ ਹੋ ਤਾਂ ਕਿ ਆਨਲਾਈਨ ਟਾਈਮ 'ਚ ਜਿਵੇਂ ਸਟੇਟ ਦੇ ਸਟੇਟ ਜੋ ਹੈਗੀ ਹੈ ਜੋ ਵੀ ਸਟੇਟ ਦਾ ਤੁਸੀਂ ਟੈਟ ਦਿੱਤਾ ਹੋਇਆ ਹੈ ਉਹ ਜੋ ਆਪਣੀ ਗਾਈਡਲਾਈਨਸ ਇਸ਼ੂ ਕਰੇਗੀ ਤਾਂ ਉਸ ਦੇ ਅਕੋਰਡਿੰਗ ਹੀ ਇਹ ਜੋ ਹੈ ਇੰਪਲੀਮੈਂਟ ਹੋਏਗਾ ਤੇ ਇਸੇ ਕੀ ਅੱਜ ਦੀ ਬਹੁਤ ਵੱਡੀ ਖਬਰ ਤਾਂ ਬਹੁਤ ਹੀ ਖੁਸ਼ੀ ਵਾਲੀ ਖਬਰ ਹੈ ਕਿ ਚਲੋ ਚਾਂਸਿਸ ਹੈਗੇ ਹਨ ਕਿ ਹੋ ਸਕਦਾ ਹੈ ਕਿ ਸਟੇਟਸ ਜਿਹੜੀਆਂ ਹਨ ਉਹ ਵੀ ਇਸ ਚੀਜ਼ ਨੂੰ ਅਪਰੂਵ ਕਰ ਦੇਣਗੀਆਂ ਕਿ ਇਹ ਜਿਹੜੀ ਟੈਟ ਦੀ ਵੈਲਿਡਿ ਹੋ ਜਾਏਗੀ ਤਾਂ ਤੁਹਾਨੂੰ ਇਹ ਇੱਕ ਵਾਰ ਤੁਹਾਨੂੰ ਇਹ ਅਗਰ ਟੈਟ ਦੇ ਦਿੱਤਾ ਤਾਂ ਉਹਦੇ ਜਿਹੜੇ ਮਾਰਕਸ ਹੈਗੇ ਆ ਤੁਸੀਂ ਆਪਣੇ ਲਾਈਫਟਾਈਮ ਲਈ ਉਸ ਨੂੰ ਵੈਲਿਡ ਰੱਖ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਸਾਰੀ ਨੋਟੀਫਿਕੇਸ਼ਨਸ ਸਿਰ ਮਿਲ ਸਕੇ